Later. ਜੇਕਰ ਅਸੀਂ ਅੱਜ ਨਸ਼ਾ ਨਹੀਂ ਕੀਤਾ ਹੁੰਦਾ ਤਾਂ ਇੱਦਾਂ ਹਾਲਾਤ ਨਹੀਂ ਹੋਣੇ ਸੀ। ਕੀ ਕਰਾਂ ਭਰਾ, ਗਲਤੀ ਸੀ ਸਾਡੀ ਤੇ ਤਾਂ ਇਹ ਐਕਸੀਡੈਂਟ ਨਹੀਂ ਹੋਣੀ ਸੀ। ਆਪਾਂ ਸ਼ਰਾਬ ਪੀ ਕੇ ਗੱਡੀ ਚਲਾਈ, ਇਸ ਕਰਕੇ ਉਹਨਾਂ ਦੇ ਇਹ ਮੇਰੀ ਬਾਂਹ ਵੀ ਚੱਲ ਗਈ ਹੈ। ਇਹ ਸਾਡੀ ਗਲਤੀ ਹੈਗੀ ਜੇ ਸ਼ਰਾਬ ਪੀ ਕੇ ਆਪਾਂ ਗੱਡੀ ਚਲਾਉਂਦੇ ਪਏ ਸੀ। ਕਸਮ ਖਾਂਦੇ ਹਾਂ ਬਿਨਾਂ ਹੈਲਮੇਟ ਤੋਂ ਗੱਡੀ ਨਹੀਂ ਚਲਾਵਾਂਗੇ ਤੇ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਾਵਾਂਗੇ। ਡਰਾਈਵ ਸੇਫਟੀ ਨਾਲ ਕਰੋ ਤੇ ਨਸ਼ਾ ਤਿਆਗੋ। ਨੌਜਵਾਨ ਜਾਗੋ। ਜੇ ਤੁਹਾਨੂੰ ਇਹ ਵੀਡੀਓ ਸਾਡੀ ਪਸੰਦ ਆਈ ਹੈ ਤਾਂ ਜ਼ਰੂਰ ਤੋਂ ਜ਼ਰੂਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਸਾਡਾ ਸਬਸਕ੍ਰਾਈਬ ਕਰ ਲਿਓ ਮਿਸਟਰ ਲਾਡੀ ਪਾਸਵਾਨ। ਅਤੇ ਜਾਗਰੂਕ ਹੋਵੋ, ਪੰਜਾਬ ਦੇ ਨੌਜਵਾਨ ਜਾਗਰੂਕ ਹੋਵੋ, ਨਸ਼ਾ ਨਾ ਕਰੋ ਅਤੇ ਡਰਾਈਵ ਥੋੜ੍ਹਾ ਧਿਆਨ ਨਾ ਕਰੋ, ਸ਼ਰਾਬ ਪੀ ਕੇ ਤਾਂ ਬਿਲਕੁਲ ਨਾ ਕਰੋ। ਥੈਂਕ ਯੂ।